की ओर से चलाई जा रही योजनाओं के विकास का ढिंढोरा सरकार व उनके नुमाइंदे जोर शोर से पीटकर विकास का दम भरते हैं, लेकिन विधानसभा इंदौरा की पंचायत मोहटली वार्ड नंबर 4 में रहने वाली विधवा अमरती देवी पर सभी योजनाएं खोखली साबित हो रही है। विधवा वृद्ध महिला लोगों के घर में रहने को मजबूर है। वृद्ध महिला का कहना है कि पिछले साल पटवारी व प्रधान ने उनके घर का जायजा लिया था, लेकिन आज तक उनको उनके सपनों का आशियाना नहीं मिला है, बस दफ्तरों के चक्कर काटने ही नसीब हुए हैं। महिला का कहना है कि पंचायत में कुछ लोगों को घर आवंटित हुए हैं, लेकिन उनमें भी मेरा घर नहीं आया है। उधर इस विषय पे जब वीडियो इंदौरा करमचंद नड़ियाल से बात की गई तो उन्होंने कहा कि मामला आपके माध्यम से मेरे संज्ञान में आया है, विभागीय जांच कर उक्त परिवार को हर संभव सहायता दी जाएगी। स्वर्णा के साथ कांगड़ा से गगन लहोत्रा की रिपोर्ट। मत की ना थोड़ा ਕਿਹੜਾ ਪਿੰਡ ਹੈ ਤੁਹਾਡਾ? ਕੀ ਸਮੱਸਿਆ ਆ ਰਹੀ ਤੁਹਾਨੂੰ ਮਕਾਨ ਤੋਂ ਲੈ ਕੇ? ਕਿੰਨੇ ਚਿਰ ਹੋ ਗਿਆ ਤੁਹਾਡਾ ਮਕਾਨ ਡਿੱਗੇ? 2 ਸਾਲ ਹੋਈ ਆ। ਤੇ ਤੁਸੀਂ ਆਪਣੇ ਪੰਚਾਇਤ ਪ੍ਰਧਾਨ ਜਾਂ ਪਟਵਾਰੀ ਨੂੰ ਦੱਸਿਆ ਇਹਦੇ ਬਾਰੇ? ਸਾਰਿਆਂ ਨੂੰ ਦੱਸਿਆ। ਕੀ ਕਹਿੰਦੇ ਨਾ ਉਹ? ਸਾਰੇ ਦਿੱਖੀ ਜਾਂਦੇ ਆ, ਫਿਰ ਕਹਿੰਦੇ ਲੋਕ ਨੂੰ ਲੱਗੇ। ਅੱਛਾ, ਕਿੰਨੇ ਚਿਰ ਤੋਂ ਰਹਿ ਰਹੇ ਹੋ? ਬੱਚੇ ਕਿੰਨੇ ਤੁਹਾਡੇ? ਇੱਕੋ ਗੁੱਡੀ ਆ ਨਾ। ਤੇ ਘਰ ਵਾਲਾ? ਚਲੋ ਮਾਤਾ ਜੀ, ਤੁਹਾਡੀ ਅਸੀਂ ਆਵਾਜ਼ ਜਿਹੜੀ ਹੈ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੇ। ਹਾਂਜੀ ਮਾਤਾ ਜੀ, ਤੁਹਾਡਾ ਨਾਂ ਬੀਪੀਐਲ ਚ ਹੈਗਾ? ਨਹੀਂ ਜੀ, ਅਸੀਂ ਮੁੱਲੇ ਹੀ ਲੈਂਦੇ ਹਾਂ। ਫ੍ਰੀ ਵਾਲਾ ਰਾਸ਼ਨ ਨਹੀਂ ਤੁਹਾਨੂੰ ਮਿਲਦਾ? ਤੇ ਤੁਸੀਂ ਕਦੀ ਬੋਲਿਆ ਵੀ ਨਹੀਂ ਆਪਣੇ ਪ੍ਰਧਾਨ ਨੂੰ ਕਿ ਸਾਡਾ ਨਾਂ ਪਾਓ ਬੀਪੀਐਲ ਚ? ਮੈਂ ਇਕੱਲੀ ਰਹਿੰਦੀ ਹਾਂ ਨਾ। ਮੈਂ ਆਖਿਆ ਨਹੀਂ, ਪਹਿਲੇ ਮੈਂ ਆਖਿਆ ਸੀ ਇੱਕ ਦੋ ਵਾਰੀ, ਕਹਿੰਦੇ ਰਾਸ਼ਨ ਮਿਲਣਾ। ਮੈਂ ਕਿਹਾ ਮੈਂ ਗਈ ਇੱਧਰ, ਮੈਂ ਕਿਹਾ ਸਾਨੂੰ ਮਿਲਿਆ ਹੀ ਨਹੀਂ ਰਾਸ਼ਨ। ਮੈਂ ਮੁੜੀ ਆਖਿਆ ਨਹੀਂ, ਚਲੋ ਮੁੱਲੇ ਦੇ ਮੁੱਲੇ ਹੀ ਸਹੀ। ਵਿਧਵਾ ਜਿਹੜੀ ਵਿਚਾਰੀ ਇਸ ਤਰ੍ਹਾਂ ਇਸ ਮਕਾਨ 'ਚ ਰਹਿ ਰਹੀ ਹੈ, ਇਹਦੇ ਬਾਰੇ ਤੁਹਾਡਾ? ਸਰ ਮੈਂ ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਵੀ ਇਹ ਵਿਚਾਰੀ ਮਤਲਬ ਨਹੀਂ ਤਾਂ ਕੋਈ ਮਤਲਬ ਫਿਰ ਕੋਈ ਮਤਲਬ ਨਹੀਂ ਕੋਈ ਹੈ, ਮੁੰਡਾ ਨਹੀਂ ਕੋਈ ਆ ਕੋਈ। ਅਤੇ ਮਤਲਬ ਸਾਡੀ ਲੱਗੀ ਚਾਚੀ ਆ ਜੀ ਮੇਰੀ। ਹਾਂਜੀ, ਸਾਡਾ ਚਾਚੇ ਦੀ ਮਤਲਬ ਉਹਨਾਂ ਉਹ ਐਕਸਪਰ ਹੋਈ ਨੇ ਕਮਰੇ। ਹਾਂਜੀ, ਅਤੇ ਇਹਦਾ ਮਕਾਨ ਕੱਚਾ ਹੀ ਹੈ ਅਤੇ ਮਕਾਨ ਢਈਆ ਇਹਦਾ, ਅਤੇ ਇਹਦਾ ਨਾਂ ਵੀ ਨਹੀਂ ਪਾਇਆ, ਮਤਲਬ ਬੀ ਪੀ ਐਲ 'ਚ ਨਾਂ ਨਹੀਂ ਹੈ, ਵਿਧਵਾ ਆ। ਹਾਂਜੀ, ਇਹਦੇ ਇਹਨਾਂ ਨੂੰ ਕਹਿੰਦੇ ਜਿਹੜੇ ਸਾਡੇ ਪਿੰਡ ਦੇ ਪ੍ਰਧਾਨ ਆ ਵੀ ਜਾਂਦਾ ਵੀ ਨਾਂ ਬੀ ਪੀ ਐਲ 'ਚ ਹੋਣਾ ਚਾਹੀਦਾ, ਜਿਹੜੇ ਮਤਲਬ ਚੰਗੇ ਜਿਹੇ ਬੰਦੇ ਜਿਹੜੇ ਘਰ ਠੀਕ ਹੈ, ਮਤਲਬ ਗੱਡੀਆਂ ਰੱਖੀ ਦੀਆਂ, ਉਹਦੇ ਨਾਂ ਪਾਏ ਦੇ ਬੀ ਪੀ ਐਲ 'ਚ ਪਾਏ ਜਾਣੇ। ਹਾਂਜੀ, ਅਤੇ ਜਿਹੜਾ ਗਰੀਬ ਹੈ ਉਹਦਾ ਨਾਂ ਹੀ ਨਹੀਂ। ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ? ਮੈਂ ਸਰਕਾਰ ਅੱਗੇ ਮੰਗ ਕਰਨਾ ਚਾਹੁੰਦਾ ਅਤੇ ਇਹਦਾ ਵੀ ਮਕਾਨ ਮਤਲਬ ਬਣਨਾ ਚਾਹੀਦਾ, ਇਹਨਾਂ ਨੂੰ ਆਪਣੇ ਘਰ 'ਚ ਰਹਿਣ ਬਸੇਰਾ ਹੋਣਾ ਚਾਹੀਦਾ। ਫਿਲਹਾਲ ਮਾਤਾ ਜੀ ਕਿੱਥੇ ਰਹੇ ਨੇ ਇਸ ਵੇਲੇ? ਮਾਤਾ ਜੀ ਰਹਿ ਗਏ, ਮਤਲਬ ਕਿਸੇ ਦੇ ਘਰ ਰਹਿ ਗਏ, ਮਤਲਬ ਕਿਰਾਇਆ ਦਿੰਦੇ ਜੀ। ਧੰਨਵਾਦ। अपडेट रहने के लिए हमारे YouTube चैनल न्यूज़ क्राइम 24 को सब्सक्राइब करें और बेल बटन को जरूर दबाएं।